ਅੱਜ ਦਾ ਜੋ ਕੈਂਪ ਹੈ ਮੱਲਾਂ ਵਾਲਾ ਖਾਲਸ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਜੀ। ਸ੍ਰੀ ਅਮੀਰ ਚੰਦ ਜੀ ਬਜਾਜ, ਸਰਦਾਰ ਅਨੂਪ ਸਿੰਘ ਜੀ, ਸਰਦਾਰ ਜਸਵੰਤ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ ਔਰ ਸਾਡੀ ਸਮੁੱਚੀ ਟੀਮ ਹੈ, ਕੁਲਵਿੰਦਰ ਸਿੰਘ ਜੀ ਮੁਖਾਈ, ਵਿਕਾਸ ਜੀ। ਸੋ ਕੈਂਪ ਦੇ ਵਿੱਚ 670 ਦੇ ਕਰੀਬ ਜਿਹੜੀ OPD ਹੋ ਚੁੱਕੀ ਹੈ ਜੀ। ਇਹਦੇ ਵਿੱਚੋਂ 145 ਦੇ ਕਰੀਬ ਜਿਹੜੇ ਹੈ ਓਪਰੇਸ਼ਨ ਜਿਹੜੇ ਸਿਲੈਕਟ ਕੀਤੇ ਗਏ ਹੈ। ਅੱਜ ਦਾ ਕੈਂਪ ਬਹੁਤ ਹੀ ਵਧੀਆ ਰਿਹਾ, ਸ਼ਾਂਤੀਪੂਰਵਕ ਜਿਹੜਾ ਕੈਂਪ ਹੈ ਜਿਹੜਾ ਨਿਬੜਿਆ ਜੀ। ਔਰ ਇਹ ਜਿਹੜਾ ਕੈਂਪ ਹੈ ਡਾਕਟਰ ਰੁਚੀ ਸਿੰਘ ਜਿਹੜੇ ਸ਼ੰਕਰਾ ਆਈ ਹੋਸਪਿਟਲ ਤੋਂ ਪਹੁੰਚੇ ਹੈ ਉਹਨਾਂ ਦੀ ਹਾਜ਼ਰੀ ਵਿੱਚ ਲਗਾਇਆ ਗਿਆ ਜੀ।